ਮਜਾਦਾਨਾ ਰੰਗ ਵਿੱਚ ਮੀਆਂ ਸਾਹਿਬ ਰਹਿਮਤੁੱਲਾ ਅਲੈਹ ਆਸ਼ਕ ਖੜੀ ਬੜੇ ਦਰਦ ਦੀ ਕਹਾਣੀ ਲਿਖੀ। ਇਹ ਜਿਹੜਾ ਮੈਂ ਮਿਸਰਾ ਪੇਸ਼ ਕਰਨਾ ਇੰਟਰਨੈਸ਼ਨਲ ਮੁਤਾਬਕ ਪੇਸ਼ ਕਰਦਾ। ਸਾਡੇ ਹਰਦੇ ਦਾ ਦੋਸਤ ਜਨਾਬ ਜਿਲਾ ਸ਼ਾਹ ਸਾਹਿਬ ਉਹਨਾਂ ਦਾ ਨਸ਼ੀ ਲਿਖਾਇਆ ਆਣ ਕੇ ਕੁਰਬਾਨ ਜਾ ਮੀਆਂ ਸਾਹਿਬ ਰਹਿਮਤੁੱਲਾ ਅਲੈਹ ਆਸ਼ਕ ਖੜੀ ਤੋਂ ਨਾ ਕੋਈ ਸਾਡਾ ਉਹ ਕਰਦੀ
ਦੇਸੀ ਕੀਤਾ ਜਿਵੇਂ ਸਜਣ ਦੀ ਮਰਜ਼ੀ, ਲੇਕਿਨ ਇੱਕ ਇੰਤਜ਼ਾਰ ਕੀਤੀ ਆਖਿਆ ਰੋ ਰੋ ਕੇ ਮਾਰੀ ਗੁਜ਼ਾਰੀ, ਰੋ ਰੋ ਕੇ ਕੋਈ ਉਮਰ ਗੁਜ਼ਾਰੀ, ਕਿਰਦਾਰ ਨਹੀਂ ਛੱਡਿਆ ਉਹ ਤੇਰਾ, ਉਹ ਦੇ ਦੀਦਾਰ ਛੱਡਿਆ ਸਾਹਿਬ ਨੇ ਕਲਮ ਬੰਦ ਕੀਤੀ ਗੱਲ ਹੈ, ਦੱਸਿਆ ਕਿ ਇੱਕ ਇੰਤਜ਼ਾਰ ਕਰਨੇ ਮਹਿਬੂਬ ਨਾਲ ਤਸਵਰ ਮਦੇ ਨਜ਼ਰ ਰੱਖਿਆ ਹੈ। ਹੋਇਆ ਜੀ
ਯੇ ਅੱਲਾ ਕਸਮ ਕਰਾਰ ਆਵੇ
ਸਿਰ ਪੇਸ਼ ਕਰ ਸਾਂ ਹਰਮੈਸ਼ ਮਲਕ ਲਤੀਫ ਸਾਂ ਗੁਣੀ ਪੰਗਤ ਸਾਂ ਦੇ ਗੁਣੇ ਨਾਲਾ ਉਹਨਾਂ ਸਾਹਮਣੇ ਕੰਮ ਸਿਰ ਪੇਸ਼ ਕਰ ਸਾਂ ਅੱਖਰ ਦੇ ਦੌਰਾਨ ਜ਼ਿੰਦਗੀ ਅੱਖਰ ਦੇ ਕਿਹੜੀ ਕਿਹੜੀ ਚੀਜ਼ ਨਾਲ ਸਦਮਾ ਰਿਹਾ ਅੱਖਰ ਕਿਹੜੀ ਚੀਜ਼ ਨਾਲ ਸੋਚ ਰਿਹਾ ਜਲਾ ਦੇ ਸੁਲਤਾਨ ਦੇ ਸ਼ਹਿਰ ਮਤਰਮਾ ਆ ਚੱਲੇ ਆਲਮ ਤਾਂ ਦੂਰ ਦੀਵਾਨੇ ਤੋਂ ਲੈ ਕੇ ਆ ਅੱਜ ਦਸਵੀਂ ਦੇ ਸੰਤ ਹੋਰ ਇੱਕ ਬੜੀ ਗੱਲ ਦੀ ਬਾਤ ਆ ਜਾਣੀ ਦੱਸਿਆ ਕਿ ਹੋਰ ਅੱਜ ਦੀ ਬਾਤ ਕਿਹੜੀ ਹੋਣੀ Thank you.
ਫਰਮਾਇਸ਼ ਦੇ ਮੁਤਾਬਕ ਹੋਰ ਸ਼ੇਰ ਬਿਆਨ ਕਰਤਾ ਫਰਮਾਇਸ਼ ਜਨਾਬ ਸਾਡੇ ਹਰਦੇ ਅਜੀਬ ਜਿਲਾਲ ਸੈਨ ਸ਼ਾਹ ਸਾਹਿਬ ਫਰਮਾਇਸ਼ ਕੀਤਾ ਸ਼ੇਰ ਪ੍ਰਭਾਸ ਸਾਹਿਬ ਨੇ ਲਿਖਿਆ ਸ਼ੇਰਾ ਜਿਸ ਕਿ ਉਹਨਾਂ ਨਾਲ ਕਿਸੇ ਖਾਣ ਨਾਲ ਪਾਲਾ ਪੈ ਜਾਣਾ ਔਰ ਆਪਣੇ ਅਦਾਇਗੀ ਵਿੱਚ ਆਪਣੇ ਜ਼ਬਾਨ ਵਿੱਚ ਮੈਂ ਤੇਰੇ ਨਾਲ ਚਾਰ ਮੁਹੱਬਤ ਖਰੀਦ ਰੱਖਣਾ ਆਖਿਆ ਕਿ ਮੈਂ ਤੁਸੀਂ ਅਭੀ ਪਸ਼ਚਮ ਨਾ ਜਾਣਾ ਲੇਕਿਨ ਖਰੀਦੀ ਅੱਛਾ ਕਿ ਮੇਰੇ ਮਹਬੂਬ ਤੇਰੇ ਨਾਲ ਪਿਆਰ ਮੁਹੱਬਤ ਹੋ ਗਿਆ ਇੰਤਜ਼ਾਰ ਕੀਤੀ ਆਪਣੇ ਮਜ਼ਬੂਤ ਤਾਰੀਖ ਸੀ
ਕਦਰੋਂ ਕੀਮਤ ਨਾ ਪਾਈ ਗਈ। ਸਾਡੇ ਦਰਗਾਹ ਲੱਗੀ ਗੱਲਾਂ ਨਾ ਕਰਦੇ, ਤੂੰ ਨੇ ਕੋ ਸਮਝਾ।